ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈ। ਜੇ ਮਨ ਵਿੱਚ ਖੋਟ ਹੈ ਤਾਂ ਤਨ ਚੋਰੀ ਕਰ ਰਿਹਾ। ਇੱਥੇ ਚੋਰੀ ਦਾ ਭਾਵ ਹੈ ਅੱਖਾਂ ਸੰਸਾਰ ਨੂੰ ਚੋਰੀ ਚੋਰੀ ਵੇਖ ਰਹੀਆਂ ਨੇ। ਬਾਹਰ ਤਾਂ ਆਪਾਂ ਵੇਖ ਹੀ ਜਾਂਦੇ ਹਾਂ, ਸੰਸਾਰ ਇੱਥੇ ਸੰਗਤ ਵਿੱਚ ਬੈਠ ਵੀ ਉਹੀ ਕਰ ਰਿਹਾ। ਜੇ ਕਰਮ ਕਰ ਰਹੇ ਹਾਂ ਤਾਂ ਚੱਜ ਦੇ ਹੀ ਕਰ ਲਈਏ। ਸੰਗਤ ਵਿੱਚ ਬੈਠ ਜੇ ਸੰਸਾਰੀ ਗੱਲਾਂ ਹੀ ਕਰਦੇ ਹਾਂ ਤਾਂ ਫਿਰ ਸੰਗਤ ਵਿੱਚ ਆਉਣ ਦਾ ਸਾਡਾ ਕੀ ਕੰਮ ਹੋਇਆ। ਮਹਾਰਾਜ ਕਹਿੰਦੇ ਹੁਣ ਫਿਰ ਤੇਰੇ ਸਿਰ 'ਤੇ ਪਾਪ ਚੜ੍ਹਨੇ ਨੇ। ਇੱਕ ਪਾਪ ਧੋਣਾ ਸੀ ਸੰਗਤ ਵਿੱਚ ਆ ਕੇ, ਅਤੇ ਨਿੰਦਿਆ ਕੀਤੀ ਤੂੰ, ਬੁਰੀਆਂ ਗੱਲਾਂ ਕੀਤੀਆਂ। ਜਿਨ੍ਹਾਂ ਦੀ ਸੁਰਤ ਜੁੜੀ ਸੀ ਉਹਨਾਂ ਦੀ ਵੀ ਤੂੰ ਤੋੜ ਦਿੱਤੀ। ਆਪਣੀ ਸੁਰਤ ਤਾਂ ਜੋੜੀ ਨਹੀਂ, ਦੂਜਿਆਂ ਨੂੰ ਵੀ ਨਾਲ ਡਿਸਟਰਬ ਕੀਤਾ। ਮਹਾਰਾਜ ਕਹਿੰਦੇ ਤੇਰੇ ਪਾਪ ਹੁਣ ਦੁੱਗਣੇ ਹੋ ਗਏ ਨੇ। ਸੰਤ ਸੁੰਦਰ ਸਿੰਘ ਜੀ ਗੁਜਰਾਂ ਵਾਲੇ ਰਹਿੰਦੇ ਸੀ। ਉਹਨਾਂ ਦੀ ਸੰਗਤ ਵਿੱਚ ਇੱਕ ਪਰਿਵਾਰ ਆਇਆ, ਉਹ ਬਹੁਤ ਅਮੀਰ ਸੀ। ਸਰਦੀਆਂ ਦੇ ਦਿਨ ਸੀ, ਉਹ ਧੁੱਪ ਵਿੱਚ ਬੈਠ ਕਥਾ ਸੁਣਾ ਰਹੇ ਸੀ। 15-20 ਜਣੇ ਬੈਠੇ ਉੱਥੇ ਸੁਣ ਰਹੇ ਸੀ। ਉਹ ਉੱਥੇ ਪਰਿਵਾਰ ਆ ਕੇ ਬੈਠ ਗਿਆ। ਉਹਨਾਂ ਆ ਕੇ ਮਾਇਆ ਭੇਟ ਕਰ ਫਰੂਟ ਰੱਖੇ ਅੱਗੇ। ਬਾਬਾ ਜੀ ਕਥਾ ਸੁਣਾਈ ਜਾ ਰਹੇ ਸੀ। ਉਹ ਪਰਿਵਾਰ ਨਾਲ ਇੱਕ ਨੌਜਵਾਨ ਬੱਚੀ ਆਈ ਸੀ, ਅਤੇ ਉਹ ਲੜਕੀ ਨੇ ਕੀ ਕੀਤਾ, ਨਾਲ ਜੋ ਮਾਈ ਬੈਠੀ ਸੀ ਉਹਦੇ ਨਾਲ ਗੱਲਾਂ ਕਰਨ ਲੱਗ ਗਏ। ਬਾਬਾ ਜੀ ਦਾ ਧਿਆਨ ਅਚਾਨਕ ਉੱਧਰ ਨੂੰ ਗਿਆ। ਕਿਹਾ, ਬੇਟਾ ਤੁਸੀਂ ਇੱਥੇ ਸੰਗਤ ਵਿੱਚ ਆ ਕੇ ਬੈਠ ਕੇ ਗੱਲਾਂ ਨਹੀਂ ਕਰਨੀਆਂ, ਚੁੱਪ ਕਰ ਜਾਓ। ਉਹ ਲੜਕੀ ਉਸ ਸਮੇਂ ਤਾਂ ਚੁੱਪ ਕਰ ਗਈ। ਸਾਡੀ ਆਦਤ ਹੁੰਦੀ ਹੈ ਨਾ, ਅਸੀਂ ਇੱਕ ਵਾਰ ਸੁਣਨ 'ਤੇ ਅਸਰ ਨਹੀਂ ਕਰਦੇ। ਸਾਨੂੰ 3-4 ਵਾਰ ਜਿੰਨਾ ਚਿਰ ਨਾ ਕਿਹਾ ਜਾਏ ਅਸੀਂ ਤਾਂ ਚੁੱਪ ਨਹੀਂ ਹੁੰਦੇ। 3-4 ਮਿੰਟ ਬਾਅਦ ਲੜਕੀ ਦਾ ਮਨ ਫਿਰ ਨਾ ਟਿਕਿਆ। ਬੱਚੀ ਫਿਰ ਦੂਜੀ ਮਾਈ ਨਾਲ ਗੱਲਾਂ ਕਰਨ ਲੱਗ ਗਈ ਜੋ ਪਰਿਵਾਰ ਨਾਲ ਆਈ ਸੀ। ਬਾਬਾ ਜੀ ਦਾ ਫਿਰ ਧਿਆਨ ਉਸੇ ਵੱਲ ਗਿਆ। ਬਾਬਾ ਜੀ ਨੇ ਕਿਹਾ, ਬੇਟਾ ਸੰਗਤ ਵਿੱਚ ਚੁੱਪ ਕਰਕੇ ਬੈਠੋ, ਤਾਂ ਹੀ ਪੁੰਨ ਮਿਲਦਾ। ਪਤਾ ਨਹੀਂ ਕਿੰਨੇ ਕੁ ਪਾਪ ਤੇਰੇ ਕੱਟੇ ਜਾਣੇ ਆ। ਸੰਗਤ ਵਿੱਚ ਸੁਰਤ ਜੋੜ, ਚੁੱਪ ਬੈਠ ਜਾਇਆ ਕਰੋ, ਗੱਲਾਂ ਨਹੀਂ ਕਰਨੀਆਂ। ਉਹ ਚੁੱਪ ਕਰ ਗਈ। ਤੀਜੀ ਵਾਰ ਉਹਦੇ ਕਰਮ ਭਾਗ ਜੋ ਸਨ ਉਹ ਮਾੜੇ ਸਨ, ਇਹ ਫਿਰ ਗੱਲਾਂ ਕਰਨ ਲੱਗ ਗਈ। ਜਦੋਂ ਨਾਲ ਦੀ ਨਾਲ ਫਿਰ ਗੱਲਾਂ ਕਰਨੀਆਂ ਆਰੰਭ ਹੀ ਕਰਨ ਲੱਗੀ, ਬਾਬਾ ਸੁੰਦਰ ਸਿੰਘ ਜੀ ਦਾ ਕਥਾ ਕਰਕੇ ਧਿਆਨ ਇੱਧਰ ਨੂੰ ਆ ਗਿਆ। ਉੱਧਰ ਗਿਆ, ਉਹਨੂੰ ਕਹਿੰਦੇ, ਤੂੰ ਪਾਗਲ ਤਾਂ ਨਹੀਂ ਹੋ ਗਈ? ਤੈਨੂੰ ਕਿਹਾ ਚੁੱਪ ਕਰ ਜਾ, ਤੂੰ ਚੁੱਪ ਹੀ ਨਹੀਂ ਹੋ ਰਹੀ। ਕੁਝ ਕੁ ਮਿੰਟਾਂ ਬਾਅਦ ਕਥਾ ਦੀ ਸਮਾਪਤੀ ਹੋ ਗਈ। ਬਾਬਾ ਜੀ ਨੇ ਕਿਹਾ, ਜਾਓ ਸੰਗਤੋ ਲੰਗਰ ਛਕੋ। ਜੋ ਸੰਗਤ ਲੰਗਰ ਛੱਕ ਰਹੀ ਸੀ, ਸੰਗਤ ਵਿੱਚ ਬੈਠ ਉਹ ਲੜਕੀ ਨੂੰ ਦਿਮਾਗ ਨੂੰ ਕੁਝ ਹੋ ਗਿਆ ਅਤੇ ਉਹ ਪਾਗਲ ਹੋ ਗਈ। ਉਹਨੇ ਪ੍ਰਸ਼ਾਦੇ ਦਾ ਜੋ ਥਾਲ ਸੀ ਚੁੱਕੇ ਪਰਾਂ ਕਰ ਦਿੱਤਾ, ਇੱਕਦਮ ਵਗਾ ਕੇ ਮਾਰਿਆ ਅਤੇ ਭੱਜਣ ਲੱਗ ਗਈ ਇੱਧਰ ਉੱਧਰ। ਪਰਿਵਾਰ ਵਾਲਿਆਂ ਨੇ ਫੜ ਲਿਆ, ਬਾਬਾ ਜੀ ਕੋਲ ਲੈ ਕੇ ਗਏ। ਕਹਿੰਦੇ, ਬਾਬਾ ਜੀ ਇਹ ਤਾਂ ਪਾਗਲ ਹੋ ਗਈ। ਤਾਂ ਸੰਤ ਜੀ ਨੇ ਕਿਹਾ, ਭਾਈ ਅਸੀਂ ਇਸ ਵਿੱਚ ਕੁਝ ਨਹੀਂ ਕਰ ਸਕਦੇ। ਬਾਬਾ ਜੀ ਤੁਸੀਂ ਕਿਹਾ ਸੀ, ਹੁਣ ਠੀਕ ਵੀ ਕਰੋ। ਸੰਤ ਜੀ ਨੇ ਕਿਹਾ, ਇਹਨੂੰ ਪਾਗਲਪਨ ਦਾ ਅਟੈਕ ਤਾਂ ਹੋਣਾ ਹੀ ਸੀ। ਅੱਜ ਸੰਗਤ ਵਿੱਚ ਬੈਠ ਕਿਤੇ ਚੁੱਪ ਕਰ ਕਥਾ ਸਰਵਣ ਕਰ ਲੈਂਦੀ ਤਾਂ ਇਸਦੇ ਪਾਪ ਕੱਟੇ ਜਾਣੇ ਸੀ। ਇੰਨੇ ਪਾਗਲ ਨਹੀਂ ਸੀ ਹੋਣਾ। ਅੱਜ ਇਸਦੇ ਕਰਮ ਬਦਲਣੇ ਸਨ। ਕਰਮ ਭਾਗ ਬਦਲੇ ਹੀ ਨਹੀਂ। ਅਸੀਂ ਇਸਨੂੰ 2 ਵਾਰ ਇਸ਼ਾਰਾ ਕੀਤਾ, ਚੁੱਪ ਹੋ ਜਾਓ, ਗੱਲਾਂ ਨਹੀਂ ਕਰਨੀਆਂ, ਕਥਾ ਸਰਵਣ ਕਰੋ, ਪਰ ਇਹਨੇ ਨਹੀਂ ਸੁਣਿਆ। ਇਹਨੇ ਪਾਗਲ ਤਾਂ ਹੋਣਾ ਹੀ ਸੀ। ਜੇ ਕਿਤੇ ਅੱਜ ਚੁੱਪ ਕਰ ਬੈਠ ਜਾਂਦੀ, ਕਥਾ ਸਰਵਣ ਕਰਦੀ ਤਾਂ ਕਰਮ ਬਦਲ ਜਾਣੇ ਸੀ। ਪਰਿਵਾਰ ਵਾਲਾ ਕਿਹਾ, ਜੀ ਭਲਾ ਕਰੋ। ਮਹਾਂਪੁਰਸ਼ਾਂ ਕਿਹਾ, ਭਾਈ ਹੁਣ ਨਹੀਂ ਹੋ ਸਕਦਾ, ਰਹੇਗੀ ਤਾਂ ਸਾਰੀ ਉਮਰ ਪਾਗਲ, ਪਰ ਇੰਨੀ ਸੋਝੀ ਪਾ ਦਿੰਦੇ ਹਾਂ ਕਿ ਪਾਗਲਾਂ ਤਰ੍ਹਾਂ ਕੱਪੜੇ ਪਾੜ ਕੇ ਨਹੀਂ ਘੁੰਮੇਗੀ। ਇਹ ਸਤਨਾਮ ਵਾਹਿਗੁਰੂ ਦਾ ਅਭਿਆਸ ਕਰਿਆ ਕਰੇਗੀ, ਸਤਨਾਮ ਵਾਹਿਗੁਰੂ ਹੀ ਕਿਹਾ ਕਰੇਗੀ। ਬਾਬਾ ਜੀ ਨੇ ਕਿਹਾ, ਬੋਲ ਸਤਨਾਮ ਵਾਹਿਗੁਰੂ। ਉਹ ਪਾਗਲਾਂ ਦੀ ਤਰ੍ਹਾਂ ਬੋਲਦੀ ਬੋਲਦੀ ਸਤਨਾਮ ਵਾਹਿਗੁਰੂ ਕਹਿਣ ਲੱਗ ਗਈ। ਬੁੱਢੇ ਹੋਣ ਤੱਕ ਅਲੀ ਬਾਗ ਗੁਜਰਾਂਵਾਲਾ ਵਿੱਚ ਉਹ ਪਾਗਲ ਰਹੀ, ਪਰ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਰਹੀ। ਕਹਿਣ ਤੋਂ ਭਾਵ ਹੈ, ਸੰਗਤ ਵਿੱਚ ਬੈਠਿਆਂ ਪਾਪ ਧੋਤੇ ਜਾਂਦੇ ਹਨ। ਜੇ ਬੈਠ ਸੰਗਤ ਵਿੱਚ ਸੰਸਾਰੀ ਗੱਲਾਂ ਕਰ ਹੀ ਮੁੜ ਗਏ ਤਾਂ ਤੁਹਾਡੇ ਸਿਰ ਪਾਪ ਚੜ੍ਹਨਗੇ। ਹੋ ਸਕਦਾ ਹੈ ਕਿ ਅੱਜ ਤੁਹਾਡੇ ਕਰਮ ਬਦਲਣੇ ਹੋਣ, ਭਾਗ ਬਦਲਣੇ ਹੋਣ, ਉਹ ਨਾ ਬਦਲਣ। ਆਓ ਆਪਾਂ ਆਪਣੇ ਭਾਗਾਂ ਨੂੰ ਹੋਰ ਭਾਗਸ਼ਾਲੀ ਬਣਾਈਏ। ਮਿਲ ਕੇ ਕਹੀਏ, ਵਾਹਿਗੁਰੂ ਤੁਹਾਡੇ ਅੱਗੇ ਅਰਦਾਸ ਕਰੀਏ। ਸਾਰਾ ਦਿਨ ਤਾਂ ਬਾਹਰ ਦੀਆਂ ਗੱਲਾਂ ਵਿੱਚ ਲੰਘ ਜਾਂਦਾ, ਸਾਰਾ ਦਿਨ ਦੁਨੀਆਂ ਵੇਖਣ ਵਿੱਚ ਲੰਘ ਜਾਂਦਾ। ਸਾਡੇ ਭਾਗ ਵੱਡੇ ਪਾਤਸ਼ਾਹ ਤੁਸੀਂ ਗੋਦ ਵਿੱਚ ਬਿਠਾਇਆ, ਸਾਡਾ ਨਾਮ ਜਪਣਾ ਸਫਲ ਕਰੋ।
ਵਕਤ ਸਫਲ ਕਿਵੇਂ ਹੋਏਗਾ ਗੁਰੂ ਦੀ ਉਸਤਤ ਕਰਕੇ। ਮਹਾਰਾਜ ਮੱਤ ਬਖਸ਼ੋ ਸਾਨੂੰ। ਕਈ ਵਾਰ ਆਪਾਂ ਕਹਿੰਦੇ ਹਾਂ ਜੇ ਅੱਜ ਪਾਠ ਕਰਨ ਦਾ ਆਨੰਦ ਨਹੀਂ ਆਇਆ ਜਾਂ ਪਾਠ ਕਰਦੇ ਮਨ ਨਹੀਂ ਟਿਕਿਆ। ਇਸ ਦਾ ਭਾਵ ਇਹ ਨਹੀਂ ਕਿ ਰੱਬ ਜੀ ਨੇ ਫਲ ਨਹੀਂ ਲਾਇਆ। ਅੱਜ ਕੀਤਾ ਕੀ ਹੈ, ਉੱਥੇ ਮੈਂ ਹੀ ਨਹੀਂ ਸੀ ਹੈਗਾ। ਦਰਖਤ ਨੂੰ ਜਦੋਂ ਫਲ ਲੱਗਦਾ ਪੱਕ ਕੇ ਥੱਲੇ ਡਿੱਗ ਜਾਂਦੇ ਨੇ, ਜੇ ਆਪਾਂ ਤੋੜਦੇ ਨਹੀਂ ਨਾ ਉਹ ਥੱਲੇ ਡਿੱਗ ਜਾਂਦੇ ਨੇ। ਸਾਡਾ ਕੀਤਾ ਹੋਇਆ ਜਪ ਤਪ ਪਲ ਫੂਤੇ ਹੋ ਕੇ ਰੋਜ਼ ਥੱਲੇ ਗਿਰ ਜਾਂਦਾ। ਇਸਨੂੰ ਫਲ ਤਾਂ ਰੋਜ਼ ਲੱਗਦਾ ਪਰ ਉਹ ਥੱਲੇ ਡਿੱਗ ਜਾਂਦਾ। ਇਸਨੂੰ ਇਸ ਤਰ੍ਹਾਂ ਸਮਝੀਏ ਕਿ ਸਾਡੇ ਪੱਲੇ ਹੀ ਨਹੀਂ ਪੈਣ ਦਿਆ ਏ। ਕਿਉਂ ਅਸੀਂ ਹੁੰਦੇ ਹੀ ਨਹੀਂ ਉੱਥੇ ਜਦੋਂ ਫਲ ਮਿਲਣਾ ਹੁੰਦਾ? ਜਿੰਨੇ ਖਾਣਾ ਉਸ ਫਲ ਨੂੰ ਉਹ ਉੱਥੇ ਹੀ ਨਹੀਂ ਹੁੰਦਾ, ਉਦੋਂ ਚਲਾ ਹੀ ਜਾਂਦਾ ਕਿਤੇ, ਜਾਂ ਤਾਂ ਭੂਤਕਾਲ ਵਿੱਚ ਮਤਲਬ ਪਿੱਛੇ ਤੁਰ ਜਾਂਦਾ, ਪਿਛਲੀਆਂ ਗੱਲਾਂ ਸੋਚਦਾ ਅਤੇ ਗੁਜਰੇ ਹੋਏ ਸਮੇਂ ਨੂੰ ਯਾਦ ਕਰਦਾ ਰਹਿੰਦਾ, ਜਾਂ ਫਿਰ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਚੱਲਿਆ ਜਾਂਦਾ, ਮਨ ਭਟਕਦਾ, ਉਹਦਾ ਕਾਲ ਦੇ ਵਿੱਚ ਮਨ ਭਟਕਦਾ। ਐਵੇਂ ਨਹੀਂ ਹੈ ਕਿ ਅਸੀਂ ਪਾਠ ਕਰਦੇ ਹਾਂ, ਨਾਮ ਜਪਿਆ ਅਤੇ ਰੱਬ ਫਲ ਨਹੀਂ ਲਾਉਂਦੇ। ਅੱਜ ਵੀ ਲਾਉਂਦੇ ਹਨ ਅਤੇ ਸਦਾ ਲਾਉਂਦੇ ਰਹਿਣਗੇ, ਬਸ ਖਾਣ ਵਾਲਾ ਹੀ ਨਹੀਂ ਹੁੰਦਾ ਉੱਥੇ, ਜਿੰਨੇ ਖਾਣਾ ਉਹ ਹੀ ਹੈ ਨਹੀਂ। ਪਰਮਾਤਮਾ ਰੋਜ਼ ਫਲ ਫੂਤ ਕਰਦਾ, ਰੋਜ਼ ਫਲ ਲਾਉਂਦਾ, ਪਰ ਰੋਜ਼ ਹੀ ਡਿੱਗ ਜਾਂਦਾ। ਜਦੋਂ ਕੋਈ ਖਾਣ ਵਾਲਾ ਹੈ ਹੀ ਨਹੀਂ, ਡਿੱਗੇਗਾ ਹੀ। ਐਸਾ ਨਹੀਂ ਹੈ ਕਿ ਪਰਮਾਤਮਾ ਕਿਸੇ ਸਮੇਂ ਉਪਲਬਧ ਨਹੀਂ ਹੈ ਅਤੇ ਕਿਸੇ ਸਮੇਂ ਹੈ। ਦੇਖੋ, ਕਿਸੇ ਉੱਚੀ ਪਦਵੀ ਨੂੰ ਵਾਲੇ ਨੂੰ ਮਿਲਣ ਜਾਈਏ ਨਾ ਤਾਂ ਉਹ ਕਈ ਵਾਰੀ ਹੁੰਦਾ ਅਤੇ ਕਈ ਵਾਰੀ ਨਹੀਂ ਹੁੰਦਾ। ਆਪਾਂ ਕਿਸੇ ਚੀਜ਼ 'ਤੇ ਸਾਈਨ ਕਰਵਾਉਣੇ ਜਾਣੇ ਹੋਣ, ਕਹਿੰਦੇ ਨਾ ਵੀ ਅੱਜ ਛੁੱਟੀ 'ਤੇ ਆ, ਅੱਜ ਉਹ ਹੈ ਨਹੀਂ। ਜਿਵੇਂ ਅੰਬ ਖਾਣ ਦਾ ਮੌਸਮ ਕਰੇ, ਮਨ ਕਰੇ, ਤਾਂ ਉਹ ਤਾਂ ਇੱਕ ਮੌਸਮ ਵਿੱਚ ਹੀ ਹੁੰਦਾ ਨਾ, ਜਿਵੇਂ ਕਲਮੀ ਜਾਂ ਦੁਸ਼ਹਿਰੀ ਅੰਬ, ਉਹ ਤਾਂ ਰੁੱਤ ਦੇ ਮੁਤਾਬਿਕ ਹੀ ਉਪਲਬਧ ਹੋਏਗਾ। ਦਰਖਤਾਂ ਦੇ ਫਲ ਹਰ ਸਮੇਂ ਉਪਲਬਧ ਨਹੀਂ ਹੁੰਦੇ, ਪਰ ਨਾਮ ਦਾ ਬੀਜ ਹਰ ਸਮੇਂ ਉਪਲਬਧ ਹੈ, ਕਿਉਂਕਿ ਰੱਬ ਹਰ ਸਮੇਂ ਸਾਡੇ ਨਾਲ ਹੈ। ਜੇ ਮੇਰੇ ਨਾਮ ਜਪਣ ਦਾ ਫਲ ਪਰਮਾਤਮਾ ਨੇ ਦੇਣਾ ਤਾਂ ਪਰਮਾਤਮਾ ਤਾਂ ਹਰ ਸਮੇਂ ਮੌਜੂਦ ਹੈ। ਬਸ ਮੈਂ ਹੀ ਮੌਜੂਦ ਨਹੀਂ ਹਾਂ, ਮੈਂ ਹੀ ਉਸ ਪ੍ਰਭੂ ਨੂੰ ਨਹੀਂ ਦੇਖ ਪਾ ਰਿਹਾ। ਮੈਂ ਉਸ ਟਾਈਮ ਸਮੇਂ ਨਹੀਂ ਹੁੰਦਾ ਜਦੋਂ ਮੈਂ ਪਾਠ ਕਰ ਰਿਹਾ ਹੁੰਦਾ, ਜਦੋਂ ਮੈਂ ਕੀਰਤਨ ਸਰਵਣ ਕਰ ਰਿਹਾ ਹੁੰਦਾ ਜਾਂ ਕੀਰਤਨ ਕਰ ਰਿਹਾ ਹੁੰਦਾ। ਪਰਮਾਤਮਾ ਤਾਂ ਉਪਲਬਧ ਹੈ, ਮੇਰੇ ਕੋਲ ਹੈ, ਮੈਨੂੰ ਫਲ ਵੀ ਦੇ ਰਿਹਾ, ਪਰ ਮੈਂ ਹੀ ਨਹੀਂ ਹੈਗਾ ਉੱਥੇ। ਤੈਨੂੰ ਪਰਮਾਤਮਾ ਹੀ ਨਹੀਂ ਮਿਲਿਆ, ਇਹ ਰੁੱਤ ਦੀ ਗੱਲ ਤਾਂ ਹੈ ਨਹੀਂ, ਤੂੰ ਹੀ ਨਹੀਂ ਮਿਲਦਾ ਪਿਆ। ਇਸ ਲਈ ਧਰਮ ਦੀ ਸਾਰੀ ਸਾਧਨਾ ਹੈ ਕਿ ਸਿਰਫ ਮੌਜੂਦ ਹੋਣਾ, ਮੱਥਾ ਟੇਕ ਰਿਹਾ ਫਿਰ ਵੀ ਸਿਦਕ ਨਹੀਂ, ਫਿਰ ਵੀ ਵਾਹਿਗੁਰੂ 'ਤੇ ਭਰੋਸਾ ਨਹੀਂ। ਤੂੰ ਉੱਥੇ ਮੌਜੂਦ ਹੀ ਨਹੀਂ ਹੈਗਾ ਮਨੁੱਖਾ, ਬਾਕੀ ਤਾਂ ਸਭ ਫਿਰ ਕੀ ਕਰੇਗਾ। ਜਿਸ ਦਿਨ ਵੀ ਰਸ ਆਵੇਗਾ ਨਾ, ਮਨ ਆਪੇ ਹੀ ਟਿਕ ਜਾਏਗਾ, ਕਿਉਂਕਿ ਤੁਸੀਂ ਉਸ ਦਿਨ ਹੈਗੇ ਹੋ ਉੱਥੇ। ਕਈ ਕਹਿੰਦੇ ਆ ਜੀ ਅੱਜ ਪਾਠ ਕੀਤਾ ਅਤੇ ਬੜਾ ਰਸ, ਬੜਾ ਆਨੰਦ ਆਇਆ। ਉਸ ਦਿਨ ਤੂੰ ਉੱਥੇ ਸੀ, ਤੂੰ ਅੱਗੇ ਪਿੱਛੇ ਨਹੀਂ ਸੀ ਭੱਜ ਰਿਹਾ, ਤੂੰ ਸੈਰ 'ਤੇ ਨਹੀਂ ਸੀ ਭੇਜਿਆ ਆਪਣੇ ਮਨ ਨੂੰ, ਤੇਰੇ ਕੋਲ ਸੀ। ਜਿਵੇਂ ਆਪਾਂ ਕਰਦੇ ਹਾਂ ਨਾ, ਐਵੇਂ ਤਾਂ ਸੰਬੰਧ ਜੁੜਨਾ ਹੀ ਨਹੀਂ ਵਾਹਿਗੁਰੂ ਨਾਲ। ਆਪਾਂ ਤਾਂ ਫਿਰ ਪਰਮਾਤਮਾ 'ਤੇ ਸਿਰਫ ਇਲਜ਼ਾਮ ਹੀ ਲਾ ਰਹੇ ਹਾਂ ਕਿ ਵਾਹਿਗੁਰੂ ਕਦੇ ਫਲ ਦਿੰਦੇ ਹੋ, ਕਦੇ ਰਸ ਦਿੰਦੇ ਹੋ, ਕਦੇ ਦਿੰਦੇ ਹੀ ਨਹੀਂ। ਕਿਉਂ, ਰੱਬ ਕਿਹੜਾ ਐਸਾ ਹੈ ਕਿ ਉਪਲਬਧ ਨਹੀਂ ਹੁੰਦਾ? ਰੱਬ ਤਾਂ ਹਰ ਸਮੇਂ ਹੁੰਦਾ। ਕਬੀਰ ਜੀ ਕਹਿੰਦੇ ਹਨ, ਇਹ ਤਾਂ ਐਸਾ ਬੀਜ ਹੈ ਜੋ ਬਾਰਾਂ ਮਹੀਨੇ ਹੀ ਫਲ ਲੱਗਦਾ, ਤੂੰ ਵਾਹਿਗੁਰੂ ਵਾਹਿਗੁਰੂ ਜਪ, ਆਪੇ ਹੀ ਉਦੋਂ ਹੀ ਫਲ ਲੱਗ ਜਾਏਗਾ। ਸਾਡੇ ਵੱਲੋਂ ਅਸੀਂ ਜਦੋਂ ਨਾਮ ਜਪਦੇ ਹਾਂ, ਨਾਲ ਦੀ ਨਾਲ ਰੱਬ ਸਾਨੂੰ ਫਲ ਦਿੰਦੇ ਨੇ, ਪਰ ਅਸੀਂ ਕਰਦੇ ਕੀ ਹਾਂ, ਨਾਲ ਬੁਰੇ ਕਰਮ ਵੀ ਕਰਦੇ ਹਾਂ। ਵਾਹਿਗੁਰੂ ਸਾਨੂੰ ਚੰਗੇ ਪਾਸੇ ਲਾਉਂਦੇ ਹਨ, ਅਸੀਂ ਹੀ ਨਹੀਂ ਲੱਗਦੇ। ਅਸੀਂ ਠੱਗੀ, ਚੋਰੀ, ਬੇਈਮਾਨੀ ਇਹ ਸਾਰਾ ਕੁਝ ਕਰਦੇ ਫਿਰਦੇ ਹਾਂ, ਬੁਰੇ ਕਰਮ ਕਰਦੇ ਹਾਂ, ਅਤੇ ਉਹਨਾਂ ਦਾ ਫਲ ਵੀ ਫਿਰ ਸਾਨੂੰ ਮਿਲਣਾ ਹੀ ਹੈ। ਬੁਰੇ ਕਰਮ ਬੜੇ ਧਿਆਨ ਲਾ ਕੇ ਕਰਦੇ ਹਾਂ, ਪਰ ਚੰਗੇ ਕਰਮ ਕਦੀ ਨਹੀਂ ਧਿਆਨ ਲਾ ਕੇ ਕਰਦੇ। ਫਿਰ ਕਿਉਂ ਨਾ ਚੰਗੇ ਕਰਮ ਕਰਕੇ ਗੁਰੂ ਦਾ ਪਿਆਰ ਲਈਏ, ਉਹ ਪਿਆਰ ਨੂੰ ਹਰ ਪਾਸੇ ਫੈਲਾਈਏ। ਖੁਦ ਨੂੰ ਬਦਲਾਂਗੇ ਤਾਂ ਹੀ ਚਾਰ ਚੁਫੇਰੇ ਨੂੰ ਬਦਲਾਂਗੇ, ਅਤੇ ਬਦਲਾਵ ਕਾਹਦੇ ਨਾਲ ਆਏਗਾ? ਗੁਰਬਾਣੀ ਨਾਲ। ਵਾਹਿਗੁਰੂ ਜੀ ਕਹਿੰਦੇ ਹਨ, ਸਭ ਦਾ ਭਲਾ ਕਰ, ਤੇਰਾ ਆਪੇ ਹੀ ਭਲਾ ਹੋ ਜਾਣਾ। ਅਤੇ ਭਲਾ ਕਿਵੇਂ ਕਰਾਂਗੇ? ਗੁਰਬਾਣੀ ਨੂੰ ਪੜ੍ਹ ਕੇ, ਵਿਚਾਰ ਕੇ, ਅਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਕੇ। ਜਦੋਂ ਸਾਨੂੰ ਸਮਝ ਆ ਗਿਆ ਨਾ ਕਿ ਗੁਰਬਾਣੀ ਸਾਨੂੰ ਕਿਹੜਾ ਫਲ ਦੇ ਰਹੀ ਹੈ, ਉਹ ਗੁਣਾਂ ਦਾ ਫਲ ਦੇ ਰਹੀ ਹੈ। ਜੋ ਉਗਣ ਨੇ ਉਹ ਖਤਮ ਹੋ ਜਾਣਗੇ ਅਤੇ ਗੁਣ ਧਾਰਨ ਕਰ ਲਵਾਂਗੇ। ਉਹ ਗੁਣਾਂ ਨਾਲ ਆਪਣਾ ਤਾਂ ਭਲਾ ਕਰਾਂਗੇ ਹੀ ਕਰਾਂਗੇ, ਨਾਲ ਹੋਰਾਂ ਦਾ ਵੀ ਭਲਾ ਕਰਾਂਗੇ। ਇਹ ਗੁਣ ਸਾਨੂੰ ਇੱਕ ਐਸੇ ਰਾਹ 'ਤੇ ਲੈ ਕੇ ਜਾਂਦੇ ਨੇ ਜਿੱਥੇ ਸਿਰਫ ਸੱਚ ਹੁੰਦਾ, ਸੱਚ ਤੋਂ ਬਿਨਾਂ ਹੋਰ ਕੁਝ ਨਹੀਂ ਹੋਏਗਾ। ਉਹ ਸੱਚ ਐਸਾ ਪ੍ਰਕਾਸ਼ ਕਰੇਗਾ ਜੋ ਸਾਡੇ ਅੰਦਰ ਪੂਰਾ ਗਿਆਨਤਾ ਹੀ ਗਿਆਨਤਾ ਲੈ ਕੇ ਆਵੇਗਾ। ਗਿਆਨ ਦੀ ਰਾਹ ਹੋਏਗੀ,
ਜਦੋਂ ਗਿਆਨ ਦੀ ਰਾਹ ਹੋਏਗੀ, ਜਿੱਥੇ ਅਸੀਂ ਭਟਕੇ ਫਿਰਦੇ ਹਾਂ ਨਾ ਇਹਨਾਂ ਰਾਹਾਂ ਵਿੱਚ, ਇੱਥੋਂ ਆਪੇ ਹੀ ਬਾਹਰ ਨਿਕਲ ਜਾਵਾਂਗੇ, ਫਿਰ ਵਾਹਿਗੁਰੂ ਦੇ ਨੇੜੇ ਹੋ ਜਾਵਾਂਗੇ। ਫਿਰ ਆ ਜਿਹੜੀ ਲਾਲਸਾ ਹੈ ਨਾ, ਆ ਵੀ ਮਿਲ ਜੇ, ਆ ਵੀ ਮਿਲ ਜੇ, ਆ ਵੀ ਮਿਲ ਜੇ, ਆਹ ਵਾਲਾ ਸਾਰਾ ਕੁਛ ਆਪੇ ਹੀ ਦੂਰ ਹੋ ਜਾਏਗਾ, ਫਿਰ ਉਹ ਰੱਬ ਇੱਕ ਦੇ ਨਾਲ ਜੁੜ ਜਾਵਾਂਗੇ।